75 hard ਇਹਦੇ ਬਾਰੇ ਸੁਣਿਆ ਹੋਊਗਾ ਤੁਸੀਂ 75 hard is not something you try 75 hard ਇੱਕ ਐਸਾ ਚੈਲੰਜ ਆ ਜਿਹਦੇ ਵਿੱਚ 95% ਲੋਕੀ ਫੇਲ ਹੋ ਜਾਂਦੇ ਇਹ ਚੈਲੰਜ ਐਂਡੀ ਫਰਸੇਲਾ ਵੱਲੋਂ ਬਣਾਇਆ ਗਿਆ ਵਾ ਤੇ ਇਹਦਾ ਮੇਨ ਗੋਲ ਆ ਤੁਹਾਡੀ ਲਾਈਫ ਬੋਡੀ ਤੇ ਮਾਈਂਡ ਨੂੰ ਟਰਾਂਸਫਾਰਮ ਕਰਨਾ ਇਹਦੇ ਵਿੱਚ 5 ਰੂਲਸ ਆ ਜਿਹੜੇ ਆਪਾਂ ਪੂਰੇ 75 ਦਿਨਾਂ ਲਈ ਫੋਲੋ ਕਰਨੇ ਆ ਜੇ ਉਹਨਾਂ ਪੰਜਾਂ ਵਿੱਚੋਂ ਇੱਕ ਵੀ ਚੀਜ਼ ਮਿਸ ਹੁੰਦੀ ਆ ਕਿਸੇ ਵੀ ਦਿਨ ਫਿਰ ਆਪਾਂ ਡੇ 1 ਤੋਂ ਸ਼ੁਰੂ ਕਰਾਂਗੇ ਚੈਲੰਜ ਸਭ ਤੋਂ ਪਹਿਲਾ ਰੂਲ ਆ ਤੁਸੀਂ ਇੱਕ ਪ੍ਰੋਪਰ ਡਾਈਟ ਫੋਲੋ ਕਰਨੀ ਆ ਚੀਟ ਮੀਲਸ ਨਹੀਂ ਖਾਣੇ ਤੇ ਨਾ ਹੀ ਐਲਕੋਹਲ ਪੀ ਸਕਦੇ ਜੇ ਦੂਜਾ ਰੂਲ ਆ ਤੁਸੀਂ ਹਰ ਰੋਜ਼ 4 ਲੀਟਰ ਪਾਣੀ ਪੀਣਾ ਆ ਤੀਜਾ ਰੂਲ ਆ ਤੁਸੀਂ 2 ਵਰਕਆਊਟ ਕਰਨੇ ਆ 45-45 ਮਿੰਟਾਂ ਦੇ ਤੇ ਉਹਨਾਂ ਵਿੱਚੋਂ ਇੱਕ ਵਰਕਆਊਟ ਆ ਜਿਹੜਾ ਆਊਟਡੋਰਸ ਹੋਣਾ ਚਾਹੀਦਾ ਵਾ ਚੌਥਾ ਰੂਲ ਆ ਤੁਸੀਂ ਇੱਕ ਨਾਨ ਫਿਕਸ਼ਨ ਬੁੱਕ ਦੇ 10 ਪੇਜ ਪੜ੍ਹਨੇ ਆ ਰੋਜ਼ ਆਪਾਂ ਆ ਬੁੱਕ ਪੜਾਂਗੇ ਇਹਦਾ ਨਾਮ ਆ 4 ਅਗਰੀਮੈਂਟਸ ਪੰਜਵਾਂ ਰੂਲ ਆ ਤੁਸੀਂ ਹਰ ਰੋਜ਼ ਇੱਕ ਪ੍ਰੋਗਰੈਸ ਫੋਟੋ ਜਿਹੜੀ ਖਿੱਚਣੀ ਆ ਤਾਂ ਕਿ ਤੁਸੀਂ ਆਪਣਾ ਪਹਿਲਾ ਦਿਨ ਤੇ 75ਵਾਂ ਦਿਨ ਪ੍ਰੋਪਰਲੀ ਕੰਪੇਅਰ ਕਰ ਸਕੋ ਕਿ ਤੁਸੀਂ ਕਿੰਨੀ ਪ੍ਰੋਗਰੈਸ ਕੀਤੀ ਆ ਚੈਲੰਜ ਦੇ ਦੌਰਾਨ ਇਹ ਚੈਲੰਜ ਮੈਂ ਕੱਲ ਤੋਂ ਸ਼ੁਰੂ ਕਰਨ ਲੱਗਾ ਵਾਂ ਵੇਖਦੇ ਆ ਆਪਾਂ ਪਾਸ ਕਰ ਪਾਉਨੇ ਇਹਨੂੰ ਕਿ ਨਹੀਂ ਦੂਜੀ ਗੱਲ ਇਹਨੂੰ ਥੋੜਾ ਜਿਹਾ ਹੋਰ ਔਖਾ ਬਣਾਉਣ ਲਈ ਮੈਂ ਆਪਣੇ ਦਿਨ ਦੀ ਸ਼ੁਰੂਆਤ ਇੱਕ ਕੋਲਡ ਸ਼ਾਵਰ ਨਾਲ ਕਰਿਆ ਕਰੂੰਗਾ ਆਪਣਾ ਗੋਲ ਇਹ ਹੋਊਗਾ ਕਿ ਵੱਧ ਤੋਂ ਵੱਧ ਬੋਡੀ ਫੈਟ ਸ਼੍ਰੈਡ ਕਰ ਸਕੀਏ ਤੇ ਫਿਰ ਐਸੇ ਕੰਡੀਸ਼ਨ ਦੇ ਵਿੱਚ ਵਾਪਸ ਜਾ ਸਕੀਏ ਸੋ ਇਹ ਸਾਰੇ ਚੈਲੰਜ ਦੀਆਂ ਅਪਡੇਟਸ ਸਟੋਰੀਜ਼ ਤੇ ਰੀਲਸ ਥਰੂ ਮੈਂ ਇੱਥੇ ਤੇ ਟਿਕਟੌਕ ਤੇ ਸ਼ੇਅਰ ਕਰੂੰਗਾ ਮਿਲਦੇ ਹਾਂ ਕੱਲ ਨੂੰ